ਬੇਸਨ ਦੀ ਬਰਫੀ ਇੱਕ ਵਾਰੀ ਮੇਰੇ ਇਸ ਤਰੀਕੇ ਨਾਲ ਬਣਾ ਕੇ ਦੇਖੋ ਜੀ ਬਾਜ਼ਾਰ ਦੇ ਵਿੱਚੋਂ ਤੁਸੀਂ ਪਤੀਸਾ ਲਿਆਉਣਾ ਤੇ ਮਿਲਕ ਕੇਕ ਲਿਆਉਣਾ ਭੁੱਲ ਜਾਉਗੇ ਕਿਉਂਕਿ ਇਹ ਇੰਨੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਬਣ ਜੂਗੀ ਚਲੋ ਫਿਰ ਆਪਾਂ ਬਣਾਉਣੀ ਹੈ ਇਹ ਸਿੱਖ ਲੈਣੀ ਹੈ ਵੀ ਕਿਸ ਤਰੀਕੇ ਨਾਲ ਇਹਨੂੰ ਇੰਨਾ ਵਧੀਆ ਬਣਾ ਕੇ ਤਿਆਰ ਕਰਨਾ ਆਪਾਂ ਬੇਸਨ ਤੇ ਨਾਰੀਅਲ ਦੀ ਇਹ ਬਰਫੀ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਵਧੀਆ ਟੈਕਸਚਰ ਦੀ ਇਹ ਬਣ ਕੇ ਤਿਆਰ ਹੋਊਗੀ ਸੱਜੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਇਹ ਬੇਸਨ ਤੇ ਨਾਰੀਅਲ ਦੀ ਬਹੁਤ ਹੀ ਟੇਸਟੀ ਜੀ ਬਰਫੀ ਤੇ ਚਟਪਟਾ ਸਾੰਤਰੀ ਕੇਨਾ ਬਣਾ ਲਈਏ ਜੀ ਚਲੋ ਫਿਰ ਆਪਾਂ ਇਹ ਬਰਫੀ ਬਣਾਉਣੀ ਸਿੱਖ ਲੈਨੇ ਆ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਵੀਡੀਓ ਪਸੰਦ ਆਈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਬਾਤਵਾ ਦੇ ਸ਼ੇਅਰ ਕਰਿਓ ਤੇ ਚੁੱਲ੍ਹੇ ਤੇ ਰੱਖਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਪੈਨ ਤੇ ਹਾਂ ਜੀ ਇੱਥੇ ਮੇਰੇ ਕੋਲ ਇੱਕ ਕੌਲੀ ਹੈਗੀ ਨਾਰੀਅਲ ਦੇ ਬਰਾਦੇ ਦੀ ਬਹੁਤ ਆਸਾਨੀ ਨਾਲ ਤੁਹਾਨੂੰ ਇਹ ਮਾਰਕੀਟ ਚੋਂ ਮਿਲ ਜਾਂਦਾ ਯਾਨੀ ਕਿ ਸੁੱਕਾ ਨਾਰੀਅਲ ਇਹ ਇੱਕ ਕੌਲੀ ਆਪਾਂ ਪੈਨ ਦੇ ਵਿੱਚ ਤੇ ਇਹਨੂੰ ਆਪਾਂ ਭੁੰਨਾਗੇ ਬਿਲਕੁਲ మీడియం ਜੀ ਫਲੇਮ ਤੇ ਤੇ ਕੋਈ ਵੀ ਨਾ ਬਰਤਨ ਘੜ ਦੇ ਵਿੱਚੋਂ ਕੌਲੀ ਖਾਪਾ ਸੈੱਟ ਕਰ ਲਿਓ ਸਾਰਾ ਸਮਾਨ ਆਪਾਂ ਉਹਦੇ ਨਾਲ ਹੀ ਨਾਪ ਕੇ ਐਡ ਕਰਨਾ ਜੀ ਤੇ ਬਿਲਕੁਲ ਆਪਾਂ ਇਹਨੂੰ 골ਡਨ ਕਰ ਲੈਣਾ ਜੀ ਕਲਰ ਥੋੜਾ ਜਿਹਾ ਚੇਂਜ ਹੋ ਜਾਊਗਾ ਹਲਕੀ ਜੀ ਅੱਗ ਤੇ ਇਸ ਤਰੀਕੇ ਨਾਲ ਨਾ ਆਪਾਂ ਕੜਚੀ ਨੂੰ ਹਿਲਾਉਂਦੇ ਹੋਏ ਆ ਜਿਹੜਾ ਇਹਨੂੰ ਕੁੰਨੀ ਚੱਲਾਂਗੇ ਕੜਚੀ ਨੂੰ ਹਿਲਾਉਣਾ ਨਾ ਛੱਡਿਓ ਫਿਰ ਇਹ ਜਲ ਜੂ ਤੇ ਦਾ ਫਲੇਵਰ ਆ ਜਿਹੜਾ ਉਹ ਖਰਾਬ ਹੋ ਜਾਊਗਾ ਟੇਸਟ ਵਧੀਆ ਨਹੀਂ ਆਉਣਾ ਕੌੜਾ ਟੇਸਟ ਆਊਗਾ ਗਰਫੀ ਜੀ ਤੇ ਹੁਣ ਜੀ ਇਹ ਬਿਲਕੁਲ ਤਿਆਰ ਹੈ ਇੰਨਾ ਕੀ 골ਡਨ ਕਰਨਾ ਆਪਾਂ ਇਹਨੂੰ ਅਲੱਗ ਭਰਤਨ ਦੇ ਵਿੱਚ ਕੱਢ ਲੈਣੇ ਆ ਤੇ ਹੁਣ ਜੀ ਚੁੱਲੇ ਤੇ ਰੱਖ ਲਾਂਗੇ ਆਪਾਂ ਪੈਨ ਇਹਦੇ ਵਿੱਚ ਆਪਾਂ ਉਹੀ ਕੌਲੀ ਦੇ ਨਾਲ ਆਪ ਕੇ ਜਿਹੜਾ ਅੱਧੀ ਕੌਲੀ ਤੋਂ ਥੋੜਾ ਜਿਹਾ ਘੱਟ ਕੇ ਆਪਾਂ ਪਾਵਾਂਗੇ ਤੁਸੀਂ ਇਹ ਬਰਫੀ ਦੇਸੀ ਕਿਉਂ ਚ ਵੀ ਬਣਾ ਸਕਦੇ ਹੋ ਢਾਲ ੜਾ ਕੇ ਉੱਚ ਵੀ ਬਣਾ ਸਕਦੇ ਹੋ ਤੇ ਕਿਉਂ ਆਪਾਂ ਗਰਮ ਹੋਣ ਦੇਵਾਂਗੇ ਜੀ ਬਿਲਕੁਲ ਫਲੇਮ ਹੈ ਨਾ ਜਿਹੜੀ ਆਪਾਂ ਮੀਡੀਅਮ ਦੀ ਰੱਖਣੀ ਹੈ ਜੇ ਤੁਸੀਂ ਗੈਸ ਤੇ ਬਰਫੀ ਬਣਾਓਗੇ ਸਲੋ ਫਲੇਮ ਰੱਖਿਓ ਤੇ ਇੱਥੇ ਆਪਣੇ ਕੋਲੇ ਹੈਗੀ ਇੱਕ ਕੌਲੀ ਭਰ ਕੇ ਵੇਸਣ ਦੀ ਇਹ ਐਡ ਕਰਦੇ ਆਂਗੇ ਆਪਾਂ ਤੇ ਬੇਸਣ ਨੂੰ ਘਿਓ ਦੇ ਨਾਲ ਮਿਕਸ ਕਰਦੇ ਹੋਏ ਜਿਸ ਤਰੀਕੇ ਨਾਲ ਪਕਾਵਾਂਗੇ ਤੇ ਨਾਲ ਦੀ ਨਾਲ ਇਹਦੇ ਵਿੱਚ ਇਸ ਤਰੀਕੇ ਨਾਲ ਜੀ ਗੰਢਾਂ ਬਣ ਜਾਣਗੀਆਂ ਪਹਿਲਾਂ ਤੁਸੀਂ ਉਹ ਖਤਮ ਕਰ ਦਿਓ ਚੰਗੇ ਤਰੀਕੇ ਨਾਲ ਫਿਰ ਨਾ ਅੱਧਾ ਬੇਸਣ ਜਿਹੜਾ ਉਹ ਕੱਚਾ ਰਹਿ ਜਾਊਗਾ ਤੇ ਅੱਧਾ ਪੱਕ ਜੂ ਫਿਰ ਫਲੇਵਰ ਵਧੀਆ ਨਹੀਂ ਆਉਣਾ ਤੇ ਬੇਸਣ ਨੂੰ ਇਸ ਤਰੀਕੇ ਨਾਲ ਜੀ ਆਪਾਂ ਭੁੰਨ ਰਹੇ ਹਾਂ ਦੇਖੋ ਬੇਸਣ ਜਿਹੜਾ ਫੁੱਲਣ ਲੱਗ ਗਿਆ ਫੁੱਲ ਕੇ ਡਬਲ ਹੋ ਗਿਆ ਇੱਕਦੋ ਵਾਰ ਇਹਦਾ ਟੈਕਸਚਰ ਚੇਂਜ ਹੋਊਗਾ ਇਸੇ ਤਰੀਕੇ ਨਾਲ ਨਾ ਵਰਫੀ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਪੈਸ਼ਲੀ ਇਹ ਵਰਫੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਜਦੋਂ ਤੁਸੀਂ ਇਸ ਤਰੀਕੇ ਨਾਲ ਤਿਆਰ ਕਰੋਗੇ ਤੇ ਇਸ ਤਰੀਕੇ ਨਾਲ ਜੀ ਦੇਖੋ ਕਿਹਾ ਹੋਇਆ ਜਿਹੜਾ ਰਿਲੀਜ਼ ਹੋਣ ਲੱਗ ਗਿਆ ਵੇਸਣ ਚੋਂ ਆਪਣੇ ਆਪ ਵੇਸਣ ਹੈ ਜਿਹੜਾ ਗਿੱਲਾ ਹੋ ਗਿਆ ਪਹਿਲਾਂ ਨਾ ਬਿਲਕੁਲ ਡਰਾਈ ਸੀਗਾ ਕਿਉਂ ਤੁਸੀਂ ਇੰਨਾ ਹੀ ਐਡ ਕਰਨਾ ਹੈ ਤੇ ਜਿਹੜਾ ਨਾਲ ਦੀ ਨਾਲ ਵੇਸਣ ਸਾਈਡਾਂ ਤੇ ਲੱਗੀ ਗਿਆ ਨਾ ਉਹਨੂੰ ਨਾਲ ਦੀ ਨਾਲ ਇਸ ਤਰੀਕੇ ਨਾਲ ਅਲੱਗ ਕਰਕੇ ਨਾ ਵਿੱਚ ਮਿਕਸ ਕਰੀ ਚੱਲਿਓ ਵੀ ਵਧੀਆ ਫਲੇਵਰ ਆ ਜੇ ਤੇ ਬੇਸਣ ਦਾ ਕਲਰ ਵੀ ਦੇਖੋ ਬਿਲਕੁਲ 골ਡਨ ਹੋ ਗਿਆ ਬਸ ਇਸ ਤੋਂ ਜ਼ਿਆਦਾ ਨਹੀਂ ਆਪਾਂ ਭੁੰਨਣਾ ਬੇਸਣ ਵਧੀਆ ਭੁੰਨ ਗਏ ਤਿਆਰ ਕਰ ਲਿਆ ਹੁਣ ਇਹਨੂੰ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਕੇ ਆਪਾਂ ਰੱਖ ਲੈਣੇ ਆ ਜੀ ਚੁੱਲੇ ਤੇ ਦੁਬਾਰਾ ਤੋਂ ਆਪਾਂ ਪੈਨ ਰੱਖ ਲਾਂਗੇ ਤੇ ਆਪਾਂ ਬੇਸਣ ਵੀ ਭੁੰਨ ਕੇ ਇੱਕ ਅਲੱਗ ਕੌਲੀ ਦੇ ਵਿੱਚ ਕੱਢ ਕੇ ਰੱਖ ਲੈਣ ਆਰੀ ਵਾਲ ਦਾ ਬਰਾਦਾ ਵੀ ਭੰਨ ਲਿਆ ਹੁਣ ਆਪਾਂ ਬਣਾਵਾਂਗੇ ਇਹਦੇ ਲਈ ਚਾਸ਼ਨੀ ਤੇ ਇਹ ਆਪਣੇ ਕੋਲ ਇੱਕ ਕੌਲੀ ਹੈਗੀ ਜਿਹੜੀ ਖੰਡ ਦੀ ਹੈ ਜੀ ਤੇ ਹੁਣ ਕੌਲੀ ਦਾ ਚੌਥਾ ਹਿੱਸਾ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਜੀ ਯਾਨੀ ਕਿ ਅੱਧੀ ਕੌਲੀ ਨਹੀਂ ਐਡ ਕਰਨੀ ਅੱਧੀ ਕੌਲੀ ਤੋਂ ਘੱਟ ਹਾਂਜੀ ਖੰਡ ਨੂੰ ਦੁੱਧ ਦੇ ਨਾਲ ਨਾ ਪਹਿਲਾਂ ਆਪਾਂ ਮਿਕਸ ਕਰ ਲਾਂਗੇ ਫੇ ਫਲੇਮ ਜਿਹੜੀ ਆਪਾਂ ਫੋਲ ਰੱਖਣੀ ਆ ਜਾਂ ਮੀਡੀਅਮ ਰੱਖ ਸਕਦੇ ਹੋ ਤੁਸੀਂ ਚੰਗੇ ਤਰੀਕੇ ਨਾਲ ਵਿਖੰਡਾ ਜਿਹੜੀ ਮਿਕਸ ਹੋ ਜੇ ਵਿੱਚ ਤੇ ਕੋਸ਼ਿਸ਼ ਕਰਿਓ ਵੀ ਖੰਡਾ ਜਿਹੜੀ ਸਾਫ਼ ਹੋਣੀ ਚਾਹੀਦੀ ਆ ਤੇ ਚੰਗੇ ਤਰੀਕੇ ਨਾਲ ਜੀ ਆਪਾਂ ਇਹਨੂੰ ਮਿਕਸ ਕਰ ਲੈਣਾ ਜੇਕਰ ਇਹ ਚਾਸ਼ਨੀ ਵਧੀਆ ਬਣਾਵਾਂਗੇ ਫੇਰ ਹੀ ਬਰਫੀ ਆ ਜਿਹੜੀ ਆਪਣੀ ਸੌਫਟ ਬਣ ਕੇ ਤਿਆਰ ਹੋਊਗੀ ਤੇ ਬਿਲਕੁਲ ਥੋੜਾ ਜਿਹਾ ਮੈਂ ਇਹਦੇ ਵਿੱਚ এলাਚੀ ਪਾਊਡਰ ਪਾ ਦੂੰਗੀ ਜੀ ਫਲੇਵਰ ਦੇ ਲਈ ਤੁਸੀਂ ਗਲਾਬ ਜਲ ਵੀ ਐਡ ਕਰ ਸਕਦੇ ਹੋ ਜੇ ਤੁਹਾਨੂੰ ਫਲੇਵਰ ਪਸੰਦ ਆ ਹੋਇਆ ਤੁਸੀਂ ਐਡ ਕਰ ਲਿਓ ਇਹਨੂੰ ਆਪਾਂ ਮਿਕਸ ਕਰ ਦੇਾਂਗੇ ਤੇ ਇਸ ਤਰੀਕੇ ਨਾਲ ਜੀ ਚਾਸ਼ਨੀ ਆਪਣੀ ਤਿਆਰ ਹੋ ਗਈ ਆਪਾਂ ਚੈੱਕ ਕਰ ਲੈਣਾ ਦੇਖੋ ਹਲਕੀ ਹਲਕੀ ਤਾਰ ਹੈ ਜਿਹੜੀ ਨਰਮ ਤਾਰਿਕ ਬਣ ਰਹੀ ਹੈ ਹੁਣ ਆਪਾਂ ਇਹਨੂੰ ਥੱਲੇ ਉਤਾਰ ਲੈਣੇ ਆ ਤੇ ਹੁਣ ਜੀ ਬੇਸਨ ਇੱਥੇ ਥੋੜਾ ਠੰਡਾ ਹੋ ਗਿਆ ਸੀਗਾ ਤੇ ਆਪਾਂ ਨਾ ਥੋੜੀ ਜਿਹੀ ਇਹਨੂੰ ਗਰਮ ਕਰ ਲੈਣਾਗਾ ਕਿਉਂਕਿ ਜੇ ਤੁਹਾਡਾ ਤਾਕਾਵਾਚਾ ਨਹੀਂ ਬਣਾਵਾਂਗੇ ਜੇ ਥੋੜਾ ਠੰਡਾ ਹੋ ਗਿਆ ਵੇਸਨ ਤੁਸੀਂ ਇਹਨੂੰ ਗਰਮ ਜ਼ਰੂਰ ਕਰ ਲਿਓ ਇੱਕ ਅਲੱਗ ਕੜਾਹੀ ਦੇ ਵਿੱਚ ਆਪਾਂ ਗਰਮ ਕਰ ਲਿਆ ਇਸ ਤਰੀਕੇ ਦਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਚਾਸ਼ਨੀ ਵੀ ਆਪਣੀ ਗਰਮ ਹੀ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਆਪਾਂ ਵੇਸਨ ਦੇ ਵਿੱਚ ਨਾਰੀਅਲ ਦਾ ਬਰਾਦਾ ਜਿਹੜਾ ਭੁੰਨ ਕੇ ਰੱਖਿਆ ਸੀ ਨਾ 골ਡਨ ਕਰਕੇ ਉਹ ਐਡ ਕਰ ਦੇਾਂਗੇ ਫਿਰ ਇਹਦੇ ਵਿੱਚ ਆਪਾਂ ਜਿਹੜੀ ਇਹ ਚਾਸ਼ਨੀ ਬਣਾ ਕੇ ਰੱਖੀ ਹੈ ਇਹ ਐਡ ਕਰ ਦੇਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਦੇਖੋ ਜੀ ਤੁਸੀਂ ਜੇᱫੋ ਪਹਿਲੀ ਵਾਰ ਵੀਡੀਓ ਦੇਖ ਕੇ ਬਰਫੀ ਬਣਾਉਂਗੇ ਨਾ ਬਹੁਤ ਆਸਾਨ ਤਰੀਕੇ ਨਾਲ ਬਣਾ ਲੋਗੇ ਬਿਲਕੁਲ ਵੀ ਇਹ ਬਰਫੀ ਦੀ ਰੈਸਪੀ ਖਰਾਬ ਨਹੀਂ ਹੋਣੀ ਬਸ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਿਆ ਕਰੋ ਫਿਰ ਰੈਸਪੀ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦੀ ਹੈ ਤੇ ਉਹਦੇ ਲਈ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਦੇਖੋ ਫਟਾਫਟ ਆਪਾਂ ਬਰਫੀ ਨੂੰ ਸੈੱਟ ਕਰ ਦੇਣਾਗਾ ਮੈਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਪਹਿਲਾਂ ਹੀ ਇੱਕ ਥਾਲਾ ਨੇ ਜਿਹੜਾ ਘਿਓ ਨਾਲ ਗ੍ਰੀਸ ਕਰਕੇ ਰੱਖ ਲਿਆ ਸੀ ਤੇ ਇਹਦੇ ਵਿੱਚ ਆਪਾਂ ਸਾਰਾ ਇਹ ਜਿਹੜਾ ਬਰਫੀ ਦਾ ਮਿਕਸਚਰ ਹੈ ਇਹ ਐਡ ਕਰ ਦੇਾਂਗੇ ਇਸ ਤਰੀਕੇ ਨਾਲ ਵਧੀਆ ਫੈਲ ਜੂਗਾ ਇਹ ਜਿਵੇਂ ਵੀ ਸੈੱਟ ਕਰ ਸਕੀ ਨਾ ਤੁਸੀਂ ਕਿਸੇ ਟ੍ਰੇ ਦੇ ਵਿੱਚ ਜਾਂ ਪਲੇਟ 'ਚ ਥਾਲ 'ਚ ਸੈੱਟ ਕਰ ਦਿਓ ਉੱਪਰੋਂ ਆਪਾਂ ਕਿਸੇ ਵੀ ਡਰਾਈ ਫਰੂਟਾਂ ਨਾਲ ਇਹਨੂੰ ਗਾਰਨਿਸ਼ ਕਰ ਦਾਂਗੇ ਨਾਲ ਦੀ ਨਾਲ ਚਾਹੇ ਚਾਂਦੀ ਦੇ ਵਰਕ ਨਾਲ ਗਾਰਨਿਸ਼ ਕਰ ਦਿਓ ਮੇਰੇ ਕੋਲੇ ਫੇਸਤੇ ਸੀਗੇ ਮੈਂ ਬਰੀਕ ਕੱਟ ਲਿਆ ਸੀ ਫੇਸਤਿਆਂ ਨੂੰ ਤੇ ਇਸ ਤਰੀਕੇ ਨਾਲ ਬਰੀਕ ਕੱਟ ਕੇ ਉੱਪਰੋਂ ਆਪਾਂ ਫੇਸਤੇ ਐਡ ਕਰਦੇ ਇਹਦੇ ਤੇ ਹੁਣ ਇਹਨੂੰ ਸੈੱਟ ਹੋਣ ਦੇ ਲਈ ਰੱਖ ਦਿਆਂਗੇ ਤੇ ਬਰਫੀ ਜੀ ਬਿਲਕੁਲ ਸੈੱਟ ਹੋ ਗਈ ਹੈ ਬਹੁਤ ਘੱਟ ਸਮੇਂ 'ਚ ਹੀ ਸੈੱਟ ਹੋ ਕੇ ਤਿਆਰ ਹੋ ਗਈ ਹੈ ਦੇਖੋ ਤੇ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਹਲਕੀ ਇਹਨਾਂ ਪੈਨ ਇਧਰ ਫਿਨਿਸ਼ਿੰਗ ਦੇ ਦੇਾਂਗੇ। ਇਹ ਵਧੀਆ ਆ ਪੀਸ ਹੈ ਜਿਹੜੇ ਕੱਟ ਸਕੀਏ। ਤੇ ਇਹਨੂੰ ਜੇ ਇਧਰੋਂ ਅਲੱਗ ਕਰਦੇਾਂਗੇ ਤੇ ਆ ਆ ਪਚੋਰਸ ਪੀਸ ਹੈ ਜਿਹੜੇ ਕੱਟ ਲੈਣੇ ਆ। ਮੇਰੇ ਕੋਲ ਨਾ ਥਾਲ ਵੱਡਾ ਸੀਗਾ ਇਹਦੇ ਚ ਪਤਲੇ ਪੀਸ ਬਣੇ ਆ। ਤੁਹਾਡੇ ਕੋਲੇ ਕੋਈ ਵੀ ਟ੍ਰੇ ਹੋਈ ਨਾ ਤਾਂ ਤੁਸੀਂ ਉਹਦੇ ਵਿੱਚ ਸੈੱਟ ਕਰ ਲਿਓ ਤਾਂ ਤੁਸੀਂ ਮੋٹے ਪੀਸ ਵੀ ਸੈੱਟ ਕਰ ਲਓਗੇ। ਤੇ ਮੈਂ ਨਾ ਇਸ ਤਰੀਕੇ ਨਾਲ ਇਹਦੇ ਪੀਸ ਕੱਟ ਰਹੀ ਹਾਂ। ਪੀਸ ਤਾਂ ਕੱਟੇ ਜਾਣਗੇ ਪਰ ਆਸਾਨੀ ਨਾਲ ਨਹੀਂ ਕੱਟੇ ਜਾਣਗੇ। ਤੁਸੀਂ ਕੀ ਕਰਿਓ ਜਦੋਂ ਬੇਸਨ ਦੀ ਆਪਾਂ ਬਰਫੀ ਬਣਾਉਣੀ ਹੈ ਤੁਹਾਨੂੰ ਪਹਿਲਾਂ ਵੀ ਦੱਸਦੀ ਹੁੰਨੀ ਆ ਜੀ ਤੁਸੀਂ ਨਾ ਹਲਕੀ ਜਿਹੀ ਜਦੋਂ ਸੈੱਟ ਹੋ ਗਈ ਨਾ ਬਰਫੀ 10 ਮਿੰਟਾਂ ਬਾਅਦ ਉਦੋਂ ਤੁਸੀਂ ਕੱਟ ਲਾ ਦਿਓ ਦੇ ਵਿੱਚ ਫਿਰ ਬਾਅਦ ਚ ਆਸਾਨੀ ਰਹਿੰਦੀ ਹੈਗੀ ਤੇ ਇਧਰੋਂ ਵੀ ਆਪਾਂ ਪੀਸ ਕੱਟ ਲਾਂਗੇ ਜੀ ਬਹੁਤ ਨਰਮ ਇਹ ਬਰਫੀ ਬਣ ਕੇ ਤਿਆਰ ਹੁੰਦੀ ਆ ਜਿੰਨੇ ਜਿੰਨੇ ਸਾਈਜ਼ ਦੇ ਜਿਸ ਤਰੀਕੇ ਦੇ ਡਿਜ਼ਾਈਨ ਦੇ ਤੁਸੀਂ ਪੀਸ ਕੱਟਣੇ ਹਨ ਤੁਸੀਂ ਕੱਟ ਲਿਓ ਤੇ ਸਾਰੇ ਪੀਸ ਜੀ ਇਸ ਤਰੀਕੇ ਨਾਲ ਕੱਟ ਕੇ ਆਪਾਂ ਕਰ ਲਿਆ ਤਿਆਰ ਦੇਖੋ ਕਿੰਨੀ ਆਸਾਨੀ ਨਾਲ ਲੱਗ ਹੋ ਗਿਆ ਬਹੁਤ ਵਧੀਆ ਨਰਮ ਬਰਫੀ ਬਣ ਕੇ ਤਿਆਰ ਹੋ ਗਈ ਇਹਦੇ ਵੀ ਆਪਾਂ ਪੀਸ ਹੈ ਜਿਹੜੇ ਕੱਟ ਲੈਣੇ ਆ ਤੇ ਬਹੁਤ ਆਸਾਨੀ ਨਾਲ ਜੀ ਬਹੁਤ ਘੱਟ ਸਮੇਂ ਵਿੱਚ ਇਸ ਤਰੀਕੇ ਨਾਲ ਬਿਲਕੁਲ ਨਰਮ ਬਰਫੀ ਆਪਾਂ ਬਣਾ ਕੇ ਤਿਆਰ ਕਰ ਲਈਏ ਦੇਖੋ ਟਰੇ ਦੇ ਵਿੱਚ ਬਰਫੀ ਹੈ ਜਿਹੜੀ ਆਪਾਂ ਸਰਵ ਕਰ ਲੈਣੇ ਆ ਤੇ ਬਰਫੀ ਜੀ ਇਸ ਤਰੀਕੇ ਨਾਲ ਸਰਵ ਕਰ ਲਈ ਹੈ ਮੈਂ ਤੁਹਾਨੂੰ ਇੱਕ ਪੀਸ ਥੋੜ ਕੇ ਵੀ ਦਿਖਾਉਣੀ ਹੈ ਵੀ ਇਹ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਦੇਖੋ ਬਿਲਕੁਲ ਨਰਮ ਬਰਫੀ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਵਧੀਆ ਇਹਦਾ ਦਾਣੇਦਾਰ ਟੈਕਸਚਰ ਆਇਆਗਾ ਤੁਸੀਂ ਸੇਮ ਇਸੇ ਤਰੀਕੇ ਨਾਲ ਘਰੇ ਬਰਫੀ ਬਣਾਓ ਚਟਪਟ ਬਣਾ ਲਓਗੇ ਤੇ ਬਿਲਕੁਲ ਵੀ ਖਰਾਬ ਨਹੀਂ ਹੋਣੀ ਪਹਿਲੀ ਵਾਰ ਜੇਕਰ ਤੁਸੀਂ ਬਰਫੀ ਬਣਾਓਗੇ ਨਾ ਸਾਰੀ ਵੀਡੀਓ ਦੇਖ ਕੇ ਬਹੁਤ ਵਧੀਆ ਬਰਫੀ ਬਣ ਕੇ ਤਿਆਰ ਹੋਊਗੀ ਤੇ ਇਹ ਕੋਕੋਨਟ ਤੇ ਬੇਸਨ ਦੀ ਬਰਫੀ ਸਭ ਤੋਂ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਬੇਸਨ ਤੇ ਨਾਰੀਅਲ ਦੀ ਬਰਫੀ ਦੀ ਚਟਪਟ ਬਣਾ ਕੇ ਆਪਾਂ ਟੇਸਟੀ ਜੀ ਘਰੇ ਕਰ ਲਈ ਹੈ ਤਿਆਰ ਬਹੁਤ ਹੀ ਘੱਟ ਸਮਾਨ ਦੇ ਨਾਲ ਤੇ ਬਹੁਤ ਘੱਟ ਸਮੇਂ ਜੇ ਇਹ ਤਿਆਰ ਹੋ ਜਾਂਦੀ ਆ ਤੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਜੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤੋਰ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ